बचिंत कौर दी कहानी रेशमी रुमाल। एक घुट तत्ता पानी देई धीए, आ गोली हेठां ला लवां संघ तों। बिशनी अम्मा ने अपनी 13-14 वरियां दी पोती मुन्नी नूं आवाज़ दित्ती। अम्मा जी, मैं कविता याद कर रही हाँ। की कविता है कुड़े? पुत मैनू भी सुना। कविता पाठ तां मैनू भी बहुत चंगा लगदा है। अम्मा जी अंग्रेजी च है, तुहानूं नहीं समझ पैणी। तत्ते पानी का प्याला अम्मा मूहरे करदी मुन्नी बोली सी। ते इहदे नाल ही 2 गोलियां ते एक वड्डा सारा कैप्सूल उहने अम्मा दी हथेली उत्ते धर दित्ता। बिशनी अम्मा हुण रजाई मूँह तो परां करी पिछली खलेपड़ लथी कंध नूं ढासणा ला के मंजे ते उठ के बैठ गई। उहदे बुल सुक के पेपड़ी बने पए सन ते उहदीआं अखां चों वहंदा नीर उहदे समुच्चे आपे नूं ठारदा जा रिहा सी। हथेली उत्ते रखीआं 3 कौड़ियां गोलियां अम्मा ने ਹੁਣ ਕੋਸੇ ਪਾਣੀ ਦੇ ਘੁੱਟ ਨਾਲ ਸੰਘੋਂ ਹੇਠਾਂ ਉਤਾਰ ਲਈਆਂ ਸਨ ਤੇ ਫਿਰ ਜਿਗਰਾ ਕੈੜਾ ਕਰਕੇ ਉਹਨੇ ਮੁੰਨੀ ਨੂੰ ਕਵਿਤਾ ਸੁਣਾਉਣ ਲਈ ਕਿਹਾ। ਅੰਮਾ ਜੀ, ਤੁਸੀਂ ਤਾਂ ਖੇੜੇ ਪੈ ਜਾਂਦੇ ਹੋ। ਇਹ ਅੰਗਰੇਜ਼ੀ ਦੇ ਕਵੀ ਬੈਨ ਜੌਨਸਨ ਦੀ ਪੋਇਮ ਹੈ ਲਿਲੀ ਫਲਾਵਰ। ਤੁਹਾਨੂੰ ਨਹੀਂ ਸਮਝ ਆਉਣੀ। ਲਿਲੀ ਫਲਾਵਰ ਪੁੱਤ, ਤੂੰ ਮੈਨੂੰ ਇਹਦਾ ਭਾਵ ਤਾਂ ਸਮਝਾ ਸਕਦੀ ਹੈ ਨਾ? ਬਚਪਨ 'ਚ ਮੈਨੂੰ ਵੀ ਪੜ੍ਹਨ ਦਾ ਬਹੁਤ ਸ਼ੌਕ ਸੀ ਪੁੱਤ, ਪਰ ਅੰਮਾ ਜੀ ਤੁਸੀਂ ਕੀ ਲੈਣਾ ਕਵਿਤਾ ਤੋਂ? ਸੌਂ ਜਾਓ 2 ਘੜੀ ਆਰਾਮ ਨਾਲ, ਤੁਹਾਡੀ ਖਾਂਸੀ ਨੂੰ ਆਰਾਮ ਆ ਜਾਊ ਸੌਂ ਕੇ। ਧੀਏ, ਨੀਂਦ ਤਾਂ ਮੈਨੂੰ ਰਾਤਾਂ ਨੂੰ ਵੀ ਨਹੀਂ ਆਉਂਦੀ, ਦਿਨ 'ਚ ਤਾਂ ਭਲਾ ਕਿਵੇਂ ਆਊ? ਤੂੰ ਸੁਣਾ ਮੇਰੀ ਧੀ ਕੁਛ ਮੈਨੂੰ ਪੜ੍ਹ ਕੇ। ਬਿਸ਼ਨੀ ਅੰਮਾ ਨੂੰ ਬਚਪਨ ਤੋਂ ਹੀ ਕਵਿਤਾ ਪੜ੍ਹਨ ਤੇ ਕਵਿਤਾ ਸੁਣਨ ਦਾ ਸ਼ੌਕ ਰਿਹਾ ਸੀ। ਅੱਛਾ ਸੁਣ, ਕਵਿਤਾ ਦਾ ਅਰਥ ਹੈ ਕਿ ਜ਼ਿੰਦਗੀ ਭਾਵੇਂ ਛੋਟੀ ਹੋਵੇ ਪਰ ਮੰਤਵ ਮਹਾਨ ਹੋਣਾ ਚਾਹੀਦਾ ਹੈ। ਜਿਵੇਂ ਇੱਕ ਫੁੱਲ ਜਿਹਦਾ ਨਾਂ ਲਿੱਲੀ ਹੈ, ਸਵੇਰੇ ਖਿੜਦਾ ਹੈ, ਸ਼ਾਮੀ ਮੁੱਕ ਜਾਂਦਾ ਹੈ, पर जिन्ना चिर खिड़िया रहिंदा है सब नूं खुशबूआं वंडदा है। ये तो बड़ी चंगी कविता पुत। अपनियां बुझियां बुझियां अखां नूं अपनी सज्जी हथेली नाल मलदियां जिवें उहने कुछ ढूंढना चाहिया, अचानक सामने कच्ची कंध उत्ते आई सिल कारण बणिया एक चटाक प्रश्न चिन्ह बन के उहदे सामने उगड़ आया सी। पूरे 80 वरियां दी उम्र हो चुकी सी। जिंदगी दुआले रुत्तां दे अणगिणत गेड़ों नूं छू छू के लंघ गए सन। बिशनी अम्मा अजे भी अणबुझी बत्ती की तरह जल रही सी, जिस चों तेल मुढ़ तो ही मुक गया सी। की वड्डा करम कमाया सी उहने, बिना तेल की बत्ती वांग जल के। बिशनी अम्मा मन ही मन अपने आप बारे सोचण लगी। सामने कंध उतला प्रश्न चिन्ह हुण जिवें उहदे सामने होर गूढ़ा हो के उगड़ आया सी। यादां दीआं तंदां दी उधेड़बुण विचों उहने जिंदगी दे सारे पत्तरे फरोले। चढ़ती जवानी तो लैके बिरध अवस्था तक उन्होंने कुछ भी तो ऐसा नहीं सी लभ्या जिन्हों लैके अपनी अंतर आत्मा नूं धीरज दे सके, जिदा उन्होंने खुद भी ते उहदे सके संबंधियां नूं भी माण होया होवे। रजाई दा पल्ला परां हटाउंदी बिशनी अम्मा जिवें किसी डराउने सुपने नूं देखदी होई धुर अंदरों कंब के रह गई सी। फिर उहदीआं यादां दी तंद पिछे किधरे दूर बीते समिआं नाल जा जुड़ी। ਉਹਦਾ ਪਿਤਾ ਚੌਧਰੀ ਰਾਮ ਲਾਲ, ਪਿੰਡ ਦਾ ਸਰਪੰਚ, ਲਾਗਲੇ 10 ਹੋਰ ਪਿੰਡਾਂ ਦਾ ਮੰਨਿਆ ਤੰਨਿਆ ਮੋਢੀ ਬੰਦਾ, 300 ਤੋਂ ਵੱਧ ਵਿਗੇ ਜ਼ਮੀਨ ਦਾ ਮਾਲਕ ਤੇ ਉਹਦੀ ਜ਼ਮੀਨ ਉੱਤੇ ਕੰਮ ਕਰਨ ਵਾਲੇ ਕਿੰਨੇ ਕਾਮੇ ਤੇ ਇਹਨਾਂ ਕਾਮਿਆਂ 'ਚੋਂ ਇੱਕ ਖੁਸ਼ੀ ਰਾਮ ਦਾ ਪੁੱਤਰ ਨਸੀਬੂ, ਭਰ ਜਵਾਨ ਬਾਂਕਾ ਗੱਭਰੂ, ਪੂਰੀਆਂ 5 ਜਮਾਤਾਂ ਪਾਸ। ਖੇਤਾਂ ਤੋਂ ਲੈ ਕੇ ਹਵੇਲੀ ਤੱਕ ਰਾਮ ਲਾਲ ਦਾ ਹਰ ਕੰਮ ਉਹ ਤਨ ਮਨ ਨਾਲ ਕਰਦਾ ਸੀ। 2 ਮੰਜ਼ਲੀ ਹਵੇਲੀ ਦੇ ਕਿੰਨੇ ਨਿੱਕੇ ਮੋਟੇ ਕੰਮ ਸਵਾਰਦਾ ਉਹ ਦਿਨ ਰਾਤ ਜਿਵੇਂ ਥੱਕਦਾ ਹੀ ਨਹੀਂ ਸੀ। ਬਿਸ਼ਨ ਕੌਰ ਦੀ ਮਾਂ ਦਾ ਤਾਂ ਜਿਵੇਂ ਪਲ ਭਰ ਵੀ ਨਸੀਬੂ ਬਿਨਾਂ ਨਹੀਂ ਸੀ ਸਰਦਾ। ਨਸੀਬੂ ਬਿਨਾਂ ਉੱਧਰ ਰਾਮ ਲਾਲ ਨੂੰ ਜ਼ਮੀਨਾਂ ਉੱਤੇ ਵੀ ਔਖ ਹੁੰਦੀ, ਪਰ ਇਹਨਾਂ ਦੋਵਾਂ ਤੋਂ ਇਲਾਵਾ ਭਰ ਜਵਾਨ ਬਿਸ਼ਨ ਕੌਰ ਦੇ ਦਿਲ ਉੱਤੇ ਤਾਂ ਜਿਵੇਂ ਉਹ ਰਾਜ ਹੀ ਕਰਨ ਲੱਗ ਪਿਆ ਸੀ। ਬਿਸ਼ਨ ਕੌਰ ਮਾਨੀ ਮਨ ਸੋਚਦੀ, ਮੈਂ ਰਾਧਾ ਹਾਂ ਜਾਂ ਰੁਕਮਣੀ। ਸੁਬਹ ਸਵੇਰੇ ਹਵੇਲੀ 'ਚ ਜਦੋਂ ਮੱਝਾਂ ਗਾਈਆਂ ਨੂੰ ਪੱਠੇ ਪਾਉਣ ਆਉਂਦਾ ਤਾਂ ਦੂਰ ਖੜੀ ਬਿਸ਼ਨ ਕੌਰ ਉਹਨੂੰ ਓਹਲੇ ਹੋ ਕੇ ਨਿਹਾਰਦੀ ਨਾ ਥੱਕਦੀ ਤੇ ਉਹਨੂੰ ਲੱਗਦਾ ਕਿ ਉਹ ਤਾਂ ਨਸੀਬੂ ਦੀ ਰਾਧਾ ਵੀ ਹੈ ਤੇ ਰੁਕਮਣੀ ਵੀ ਹੈ। ਜੋ ਵੀ ਸੀ ਉਹ ਹੈ ਤਾਂ ਸਰਪੰਚ ਰਾਮ ਲਾਲ ਦਾ ਕੰਮ, ਖੁਸ਼ੀ ਰਾਮ ਦਾ ਪੁੱਤ ਨਸੀਬੂ ਹੀ ਨਾ। ਸਰਪੰਚ ਦੇ ਟੱਬਰ ਦਾ ਅੰਗ ਤਾਂ ਉਹ ਕਦੇ ਵੀ ਨਹੀਂ ਸੀ ਨਾ ਬਣ ਸਕਦਾ। ਭਰ ਜਵਾਨ ਬਿਸ਼ਨ ਕੌਰ ਨੂੰ ਹੁਣ ਨਸੀਬੂ ਤੋਂ ਬਿਨਾਂ ਹੋਰ ਸਾਰੀ ਦੁਨੀਆ 'ਚ कुछ भी नहीं सी पाउंदा। दिन रात घड़ी पल उहदी आत्मा नसीबू दे अंग संग घुमदी रहिंदी। उह नसीबू नूं अपना तन मन दोवें सौंपण लई बहबल हो उठी। ਇਉਂ ਉਹਨੇ ਆਪਣੇ ਆਪ ਹੀ ਖੁਦ ਨੂੰ ਇੱਕੋ ਇੱਕ ਮਿਲੀ ਪ੍ਰੀਤ ਘੜੀ 'ਚ ਨਸੀਬੂ ਹੱਥ ਸੌਂਪ ਦਿੱਤਾ ਸੀ। ਨਸੀਬੂ ਨੇ ਵੀ ਚਿਰਾਂ ਤੋਂ ਬਿਸ਼ਨ ਕੌਰ ਨੂੰ ਰੁਕਮਣੀ ਦਾ ਸਥਾਨ ਦੇ ਰੱਖਿਆ ਸੀ। ਹੁਣ ਨਸੀਬੂ ਦੇ ਅੰਸ਼ ਦੀ ਖੁਸ਼ਬੂ ਨਾਲ ਬਿਸ਼ਨ ਕੌਰ ਦਾ ਲੂੰ ਲੂੰ ਮਹਿਕ ਉੱਠਿਆ ਸੀ, ਪਰ ਇਹ ਤਾਂ ਸਰਪੰਚ ਦੀ ਚਿੱਟੀ ਪੱਗ ਉੱਤੇ ਕਾਲਾ ਸਿਆਹ ਦਾਗ ਸੀ। ਬਿਸ਼ਨ ਕੌਰ ਨੂੰ ਲੱਗਿਆ ਸਾਰਾ ਸ਼ਰੀਕਾ, ਭਾਈਚਾਰਾ, ਗਲੀ ਮਹੱਲੇ ਵਾਲੇ ਸਰਪੰਚ ਤੇ ਬਿਸ਼ਨ ਕੌਰ ਬਾਰੇ ਸਾਰੇ ਪਿੰਡ 'ਚ ਗੱਲਾਂ ਕਰ ਰਹੀ ਹੈ। ਸਰਪੰਚ ਰਾਮ ਲਾਲ ਨੂੰ ਇਹ ਰਿਸ਼ਤਾ ਕਦਾਚਿਤ ਵੀ ਕਬੂਲ ਨਹੀਂ ਸੀ। ਹਵੇਲੀ ਦੀ ਹਰ ਕੰਧ ਜਿਵੇਂ ਉਹਦੇ ਵਿਰੁੱਧ ਸੀ। ਹਵਾ 'ਚ ਸਾਜ਼ਿਸ਼ਾਂ ਦੀ ਬੂ ਫੈਲਣ ਲੱਗੀ। ਇੱਕ ਰਾਤ ਜੋਬਨਮਤੀ ਬਿਸ਼ਨ ਕੌਰ ਨੇ ਹਵੇਲੀ ਦੀਆਂ ਕੰਧਾਂ ਦੇ ਬੁੱਲ ਫਰਕਦੇ ਆਪਣੇ ਅੱਖੀਂ ਦੇਖੇ ਵੀ ਤੇ ਕੰਨੀ ਸੁਣੇ ਵੀ। ਸਾਲੇ ਦੀਆਂ ਟੰਗਾਂ ਭੰਨ ਸੁੱਟੋ ਤੇ ਕੋਈ ਖੂਹ ਟੋਭਾ ਗੰਦਾ ਕਰੋ, ਹੋਰ ਕੋਈ ਚਾਰਾ ਨਹੀਂ ਰਿਹਾ। ਇਹ ਬਿਸ਼ਨੀ ਦੇ ਬਾਪੂ ਸਰਪੰਚ ਦੇ ਬੋਲ ਸੀ। ਤੇ ਕੁੜੀ ਦਾ ਕੀ ਕਰਨਾ ਹੈ? ਰਾਤ ਦੇ ਹਨੇਰੇ 'ਚ ਇੱਕ ਹੋਰ ਮਰਦਾਵੀਂ ਆਵਾਜ਼ ਉੱਭਰੀ, ਸਾਲ 6 ਮਹੀਨੇ ਲਈ ਕੁੜੀ ਨੂੰ ਉਹਦੀ ਭੂਆ ਕੋਲ ਬੰਬਈ ਸ਼ਹਿਰ ਭੇਜ ਦਿਓ, ਉੱਥੇ ਹਸਪਤਾਲ 'ਚ ਨਰਸ ਲੱਗੀ ਹੋਈ ਹੈ। ਅਚਾਨਕ ਕੰਧ ਨਾਲ ਲੱਗੀ ਬੈਠੀ ਬਿਸ਼ਨੀ ਅੰਮਾ ਦੀ ਇੱਕ ਭਿਆਨਕ ਚੀਕ ਅੰਦਰ ਬੈਠੀ ਮੁੰਨੀ ਨੂੰ ਸੁਣਾਈ ਦਿੱਤੀ। ਉਹ ਭੱਜੀ ਭੱਜੀ ਬਾਹਰ ਬਰਾਂਡੇ 'ਚ ਆਪਣੀ ਅੰਮਾ ਕੋਲ ਆਈ। ਕੀ ਹੋਇਆ ਅੰਮਾ? ਕੁਛ ਨਹੀਂ ਪੁੱਤ, ਐਵੇਂ ਸਿਰ ਘੁੰਮ ਗਿਆ ਸੀ ਮੇਰਾ। ਤੂੰ ਜਾ ਪੜ ਅੰਦਰ ਜਾ ਕੇ। ਤੇ ਮੁੰਨੀ ਨੂੰ ਦੇਖ ਬਿਸ਼ਨੀ ਅੰਮਾ ਦੀਆਂ ਅੱਖਾਂ 'ਚ ਮੱਲੋ ਮੱਲੀ ਹੰਝੂਆਂ ਦੀ ਇੱਕ ਧਾਰ ਵਹਿ ਤੁਰੀ ਸੀ। ਹੰਝੂਆਂ ਦੇ ਧੁੰਦਲੇਪਣ ਵਿੱਚੋਂ ਸਾਹਮਣੀ ਕੰਧ ਉਤਲਾ ਪ੍ਰਸ਼ਨ ਚਿੰਨ ਹੁਣ ਉਹਦੇ ਸਾਹਮਣੇ ਨਸੀਬੂ ਦਾ ਚਿਹਰਾ ਬਣ ਕੇ ਆ ਖੜਾ ਹੋਇਆ ਸੀ। ਉਹ ਕਿੱਥੇ? ਉਹਦੀ ਤਾਂ ਪੂਰੇ ਪਰਿਵਾਰ ਸਮੇਤ ਪਿੰਡ 'ਚ ਕਿਸੇ ਨੂੰ ਕੋਈ ਉਗ ਸੁਗ ਨਹੀਂ ਲੱਗੀ। ਪਿੱਛੋਂ ਗਈ ਰਾਤ ਨੂੰ ਪਿੰਡ ਦੀ ਮਾਸਟਰਾਣੀ ਹੱਥ ਨਸੀਬੂ ਦਾ ਲਿਖਿਆ ਇੱਕ ਰੁੱਕਾ ਬਿਸ਼ਨ ਕੌਰ ਨੂੰ ਮਿਲਿਆ ਸੀ। ਬਿਸ਼ਨ ਕੌਰੇ, ਤੇਰੇ ਕੋਲ ਮੇਰੇ ਗਰੀਬ ਦੀ ਪਿਆਰ ਨਿਸ਼ਾਨੀ ਹੈ। ਇਹਨੂੰ ਸਾਂਭ ਕੇ ਪਾਲੀ ਪੋਸੀ, ਪਿਆਰ ਦੀ ਜੜ ਹਰੀ ਰੱਖੀ। ਤੱਤੀ ਹਵਾ ਦਾ ਇੱਕ ਤੇਜ਼ ਬੁੱਲਾ ਹੁਣ ਬਿਸ਼ਨੀ ਅੰਮਾ ਦੇ ਲੂੰ ਲੂੰ 'ਚ ਲੰਘ ਗਿਆ ਸੀ। ਬਸ ਉਸੇ ਘੜੀ ਬਿਸ਼ਨ ਕੌਰ ਨੇ ਭੈਣ ਭਾਈ, ਮਾਂ ਪਿਓ, ਸਾਕ ਸੰਬੰਧੀ, ਘਰ-ਬਾਰ ਤੇ ਪਿੰਡ ਸਭ ਕੁਝ ਤਿਆਗ ਦਿੱਤਾ। ਅੱਧੀ ਰਾਤ ਨੂੰ ਸ਼ੇਰਨੀ ਬਣ ਇਕੱਲੀ ਨੇ ਪਿੰਡ ਦੀ ਜੂਹ ਪਾਰ ਕਰ ਲਈ ਤੇ ਆਪਣੀ ਹਮਦਰਦਨ ਮਾਸਟਰਾਣੀ ਦੀ ਦੂਰ ਕਲਕੱਤੇ ਰਹਿੰਦੀ ਇੱਕ ਸਹੇਲੀ ਕੋਲ ਜਾ ਪਹੁੰਚੀ, ਜੋ ਹੁਣ ਇਸ ਦੁਨੀਆ 'ਚ ਭਾਵੇਂ ਨਹੀਂ ਰਹੀ, ਪਰ ਬਿਸ਼ਨੀ ਅੰਮਾ ਦੇ ਮਨ 'ਚੋਂ ਅਜੇ ਵੀ ਜਿਉਂਦੀ ਹੈ। ਤੱਤੀ ਹਵਾ ਦਾ ਇੱਕ ਹੋਰ ਬੁੱਲਾ ਨਾ ਜਾਣੀਏ ਕਿੱਧਰੋਂ ਆ ਕੇ ਹੁਣ ਫੇਰ ਬਿਸ਼ਨੀ ਅੰਮਾ ਦਾ ਅੰਗ-ਅੰਗ ਬਲੂੰਦਰ ਗਿਆ ਸੀ। ਬਾਹਰ ਵਿਹੜੇ 'ਚ ਖੇਡਦੇ ਗੋਬਲੇ 3.5 ਵਰਿਆਂ ਦੇ ਬਿਸ਼ਨੀ ਅੰਮਾ ਦੇ ਪੋਤੇ ਟੋਨੀ ਦਾ ਪਜਾਮੀ ਵਿੱਚ ਸੁਸੂ ਨਿਕਲ ਗਿਆ ਸੀ ਤੇ ਉਹ ਚੰਝਲਾੜ ਜਿਹੀ 'ਚ ਤੁਰਦਾ ਹੋਇਆ ਅੰਮਾ ਦੇ ਮੰਜੇ ਕੋਲ ਆ ਖੜਾ ਹੋਇਆ। ਸਾਹਮਣੀ ਕੰਧ ਉੱਤੇ ਬਣੇ ਸਵਾਲੀਆ ਚਿੰਨ ਉੱਤੇ ਤਾਕੀ ਵਿੱਚੋਂ ਆਉਂਦਾ ਧੁੱਪ ਦਾ ਇੱਕ ਨਿੱਘਾ ਟੇਪਾ ਹੁਣ ਬਿਸ਼ਨੀ ਦੇ ਸੱਜੇ ਮੋਢੇ ਨੂੰ ਨਿੱਘ ਦੇਣ ਲੱਗਿਆ। ਬਿਸ਼ਨੀ ਅੰਮਾ ਨੇ ਕੰਬਦੇ ਬੋਲਾਂ ਨਾਲ ਮੁੰਨੀ ਨੂੰ ਆਵਾਜ਼ ਦਿੱਤੀ ਤੇ ਉਹ ਆ ਕੇ ਟੋਨੀ ਦੇ ਕੱਪੜੇ ਬਦਲਣ 'ਚ ਰੁੱਝ ਗਈ। ਟੋਨੀ, ਰਾਮ ਸਿਓ, ਨਸੀਬੂ ਤੇ ਉਹਦੇ ਪਿਤਾ ਖੁਸ਼ੀ ਰਾਮ, ਅੱਜ ਇਹ ਹਰਿਆ ਭਰਿਆ ਵਿਹੜਾ ਖੁਸ਼ੀ ਰਾਮ ਦਾ ਹੀ ਤਾਂ ਸੀ। ਪਿੰਡ ਦੀ ਮਾਸਟਰਾਣੀ ਹੱਥ ਭੇਜਿਆ ਨਸੀਬ ਦਾ ਆਖਰੀ ਰੁੱਕਾ। ਸਾਹਮਣੀ ਕੰਧ ਉੱਤੇ ਟਿਕਿਆ ਧੁੱਪ ਦਾ ਟੇਪਾ ਜਿਵੇਂ ਥਾਂ ਦਾ ਥਾਂ ਆਟ ਗਿਆ ਸੀ। ਬਿਸ਼ਨੀ ਅੰਮਾ ਨੇ ਕੰਬਦੇ ਬੁੱਲਾਂ ਨਾਲ ਮੁੰਨੀ ਨੂੰ ਆਪਣੇ ਕੋਲ ਬੁਲਾਇਆ ਤੇ ਅੰਦਰੋਂ ਲੋਹੇ ਦੇ ਟਰੰਕ 'ਚੋਂ ਇੱਕ ਨਿੱਕੀ ਜਿਹੀ ਲਾਲ ਮਖਮਲੀ ਗੰਢ ਲਿਆਉਣ ਲਈ ਕਿਹਾ। ਮੁੰਨੀ ਦਾ ਪਿਤਾ ਰਾਮ ਸਿਓ ਅਣਵਿਆਹੀ ਮਾਂ ਬਿਸ਼ਨ ਕੌਰ ਦਾ ਇੱਕੋ ਇੱਕ ਪੁੱਤ, ਉਹ ਨਸੀਬੂ ਦੀ ਪਾਕ ਮੁਹੱਬਤ ਦੀ ਨਿਸ਼ਾਨੀ ਸੀ, ਉਸ ਪਿਆਰ ਦੀ ਜੋ ਪੂਰ ਨਾ ਚੜ ਸਕਿਆ, ਜਿਸ ਪਿਆਰ ਦਾ ਗਲਾ ਬਿਸ਼ਨੀ ਅੰਮਾ ਦੇ ਮਾਪਿਆਂ ਨੇ ਆਪਣੇ ਹੱਥੀਂ ਘੁੱਟ ਦਿੱਤਾ ਸੀ। ਤੇ ਵਿਚਾਰਾ ਨਸੀਬੂ, ਬਿਸ਼ਨੀ ਅੰਮਾ ਦਾ ਪਿਓ, ਮਾਮਾ ਤੇ ਚਾਚਾ ਸਾਰੇ ਉਹਦੇ ਵੈਰੀ ਨਿਕਲੇ ਸੀ। ਆਪਣੀ ਪਿਆਰ ਨਿਸ਼ਾਨੀ ਰਾਮ ਸਿੰਘ ਨੂੰ ਬਿਸ਼ਨੀ ਅੰਮਾ ਨੇ ਕਿੰਨੀ ਹਾਲੀ ਪਾਲ ਪੋਸ ਕੇ ਵੱਡਾ ਕੀਤਾ, ਵਿਆਹਿਆ ਵਰਿਆ ਸੀ। ਫਲਸਰੂਪ ਅੱਜ ਉਹਦੇ ਪੋਤੇ ਪੋਤੀਆਂ ਹੁਣ ਬਿਸ਼ਨੀ ਅੰਮਾ ਦੇ ਬੋਲ ਪੂੰਝੇ ਨਹੀਂ ਸੀ ਡਿੱਗਣ ਦਿੰਦੇ। ਪਰ ਜੇ ਕਿਤੇ ਅੱਜ ਰਾਮ ਸਿੰਘ ਦਾ ਪਿਤਾ ਹੁੰਦਾ ਤਾਂ ਆਪਣੀ ਖੁਸ਼ੀ ਵਾਸਤੇ ਟੱਬਰ ਨੂੰ ਦੇਖ ਜਿਵੇਂ ਫੁੱਲਿਆ ਨਾ ਸਮਾਉਂਦਾ। ਪਰ ਡੁੱਬੀ ਤਾਂ ਜੇ ਸਾਹ ਨਾ ਆਇਆ। ਚਾਨਚੱਕ ਬਿਸ਼ਨੀ ਅੰਮਾ ਦੇ ਧੁਰ ਅੰਦਰੋਂ ਇੱਕ ਠੰਡਾ ਸੀਤ ਹੌਕਾ ਨਿਕਲਿਆ। ਪਿੰਡ ਦੇ ਸਰਪੰਚ ਦਾ ਇੱਕ ਹੋਣਹਾਰ ਕਾਮਾ, ਪੂਰੀਆਂ 5 ਜਮਾਤਾਂ ਪਾਸ, ਪਰ ਸੀ ਤਾਂ ਜ਼ਿਮੀਂਦਾਰ ਦਾ ਕਾਮਾ ਹੀ ਨਾ। ਸ਼ਰੀਕਾਂ ਦੇ ਬੋਲ, ਭਾਈਚਾਰੇ 'ਚ ਪੱਗ ਦੀ ਲਾਜ, ਬਸ ਇਸੇ ਲਾਜ ਖਾਤਰ ਸਰਪੰਚ ਨੇ ਰਾਤੋਂ ਰਾਤ ਆਪਣੇ ਇਸ ਗੱਭਰੂ ਜਵਾਨ ਕਾਮੇ ਨਸੀਬੂ ਦੇ ਟੋਟੇ ਟੋਟੇ ਕਰਵਾ ਕੇ ਪਿੰਡ ਦੀ ਜੂਹ ਤੋਂ ਬਾਹਰ ਅੰਨੇ ਖੂਹ 'ਚ ਸੁਟਵਾਤੇ ਸੀ। ਕਿਸੇ ਨੂੰ ਕੰਨੋਂ ਕੰਨ ਖਬਰ ਨਹੀਂ ਸੀ ਹੋਈ। 2-4 ਦਿਨ ਪਿੰਡ 'ਚ ਘੁਸਰ-ਮੁਸਰ ਹੋਈ, ਫਿਰ ਜਿਵੇਂ ਨਸੀਬੂ ਦੇ ਪੂਰੇ ਪਰਿਵਾਰ ਦਾ ਕਿਸੇ ਨੇ ਕਦੇ ਨਾਂ ਵੀ ਨਹੀਂ ਸੀ ਲਿਆ ਤੇ ਖੁਸ਼ੀ ਰਾਮ ਨੂੰ ਉਹਦੇ ਪਰਿਵਾਰ ਸਮੇਤ ਰਾਤੋਂ ਰਾਤ ਪਿੰਡ ਹੀ ਨਹੀਂ ਸਗੋਂ ਪੂਰੇ ਜ਼ਿਲ੍ਹੇ ਤੋਂ ਹੀ ਬਾਹਰ ਖਦੇੜ ਦਿੱਤਾ ਗਿਆ ਸੀ ਤੇ ਉਹ ਤੋਂ ਡਾਂਗਾ ਮਾਰ-ਮਾਰ ਉਹਦੇ ਗਰੀਬ ਮਾਂ-ਪਿਓ ਦਾ ਬੁਰਾ ਹਾਲ ਕਰ ਛੱਡਿਆ ਸੀ। ਬਿਸ਼ਨੀ ਅੰਮਾ ਨੇ ਮਖਮਲ ਦੇ ਰੁਮਾਲ ਦੀ ਨਿੱਕੀ ਜਿਹੀ ਗੰਢ ਨੂੰ ਨਮਸਕਾਰਿਆ, ਫਿਰ ਸਿਰ 'ਤੇ ਚੁੰਨੀ ਕਰਦਿਆਂ ਉਹਨੂੰ ਦੋਵੇਂ ਹੱਥਾਂ ਨਾਲ ਇਉਂ ਖੋਲ੍ਹਿਆ ਜਿਵੇਂ ਕੋਈ ਧਾਰਮਿਕ ਗ੍ਰੰਥ ਦੇ ਪੱਤਰੇ ਖੋਲ੍ਹਣ ਲੱਗਿਆ ਹੋਵੇ। ਕਾਗਜ਼ ਦਾ ਪੁਰਾਣਾ ਪੀਲਾ ਹੋ ਚੁੱਕਿਆ ਖਸਤਾ ਟੋਟਾ ਬਿਸ਼ਨੀ ਅੰਮਾ ਦੇ ਹੱਥਾਂ 'ਚ ਥਰ-ਥਰ ਕੰਬਣ ਲੱਗਿਆ, ਪਰ ਉਸਨੇ ਉਸ ਕਾਗਜ਼ ਦੇ ਟੁਕੜੇ ਨੂੰ ਆਪਣੀਆਂ ਅੱਖਾਂ ਨੂੰ ਲਾ ਕੇ ਸ਼ਰਧਾ ਨਾਲ ਇਉਂ ਨਮਸਕਾਰਿਆ ਜਿਵੇਂ ਉਹਦਾ ਇਹ ਮਖਮਲੀ ਰੁਮਾਲ ਜਿਸ 'ਚ ਨਸੀਬੂ ਦੇ ਹੱਥੀਂ ਲਿਖਿਆ ਰੁੱਕਾ ਸੀ ਕਿਸੇ ਕਸਤੂਰੀ ਦੀ ਸੁਗੰਧ ਨਾਲ ਭਰਿਆ ਹੋਇਆ ਹੋਵੇ। "ਅੰਮਾ ਕੀ ਹੈ ਇਹ?" ਮੁੰਨੀ ਨੇ ਅੰਮਾ ਨੂੰ ਪੁੱਛਿਆ। "ਇਹ ਮੇਰਾ ਬੀਤਿਆ ਕੱਲ੍ਹ ਹੈ ਮੁੰਨੀ, ਮੇਰਾ ਲਿਲੀ ਫਲਾਵਰ।" ਧੰਨਵਾਦ।